I am not your typical, atypical. You gotta watch your energy, cause we were real reciprocals. Diamonds so clear, shorty thought they was invisible. Bulletproof the vibe, butterflies when the money come to mind. Only money make me calm, it's the shit that make me numb. Only money make me calm. Assalamu alaikum, namaste, sasrikaal. Hanji yaro mitro belio. ਕੀ ਹਾਲ ਚਾਲ ਹੈ ਤੁਹਾਡਾ? ਮੈਂ ਤੁਹਾਡਾ ਆਪਣਾ ਜ਼ਹੀਰ ਪੱਟੀ. ਵੈਲਕਮ ਬੈਕ ਟੂ ਦ ਚੈਨਲ ਪੀ ਕੇ ਸਵੈਗ. ਆਈ ਐਮ ਬੈਕ ਅਗੇਨ ਵਿਦ ਅਨਦਰ ਰਿਐਕਸ਼ਨ ਵੀਡੀਓ. ਅੱਜ ਦੇ ਇੱਕ ਟੀਜ਼ਰ ਆ ਗਿਆ ਜੀ, ਕਿਸਾਨ ਐਂਥਮ 2, ਵਨ ਐਂਡ ਓਨਲੀ ਸ਼੍ਰੀ ਬਰਾੜ ਦਾ. ਠੀਕ ਹੈ, ਅਤੇ ਉਹਨਾਂ ਦਾ ਪਹਿਲੇ ਵੀ ਕਿਸਾਨ ਐਂਥਮ ਗਾਣਾ ਆਇਆ ਸੀ, ਬਹੁਤ ਹੀ ਜ਼ਬਰਦਸਤ, ਬਹੁਤ ਹੀ ਜੋਸ਼ ਜਜ਼ਬੇ ਵਾਲਾ ਸੀ. ਅਤੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜੋ ਸ਼੍ਰੀ ਬਰਾੜ ਵੀਰੇ ਨਾਲ ਹੋਇਆ, ਉਹਨਾਂ ਨੂੰ ਜੇਲ੍ਹ ਦੇ ਵਿੱਚ ਪੁਲਿਸ ਫੜ ਕੇ ਲੈ ਗਈ. ਠੀਕ ਹੈ, ਜਦੋਂ ਗਾਣਾ ਆਇਆ, ਗਾਣਾ ਯੂਟਿਊਬ ਤੋਂ ਕਾਪੀਰਾਈਟ ਕਰਕੇ ਬਲੌਕ ਕਰ ਦਿੱਤਾ ਗਿਆ. ਅਤੇ ਐਟ ਦੀ ਐਂਡ ਆਫ ਦਾ ਡੇ ਮੈਂ ਇੱਕੋ ਹੀ ਗੱਲ ਕਹਾਂਗਾ ਕਿ ਕਿਸਾਨੀ ਜਿਹੜੀ ਹੈ ਨਾ, ਜਿਹੜਾ ਮੁੱਦਾ ਇਸ ਟਾਈਮ ਖੜ੍ਹਾ ਹੋਇਆ, ਉਹ ਸਾਰਿਆਂ ਦਾ ਮਸਲਾ ਹੈ. ਕੋਈ ਗਰੀਬ ਹੈ, ਕੋਈ ਅਮੀਰ ਹੈ, ਸਾਰਿਆਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ. ਇਟ ਡਜ਼ਨਟ ਮੈਟਰ ਕਿ ਤੁਸੀਂ ਕਿਹੜੇ ਤਬਕੇ ਤੋਂ ਹੋ, ਡਜ਼ਨਟ ਮੈਟਰ ਤੁਹਾਡਾ ਰੰਗ ਕੀ ਹੈ, ਤੁਹਾਡੀ ਸਕਿਨ ਟੋਨ ਕੀ ਹੈ, ਡਜ਼ਨਟ ਮੈਟਰ. ਲੇਕਿਨ ਗੱਲ ਇੱਕੋ ਹੀ ਹੈ ਕਿ ਕਿਸਾਨੀ ਵਾਲੇ ਮੁੱਦੇ ਦੇ ਵਿੱਚ ਸਾਰਿਆਂ ਨੂੰ ਹਿੱਸਾ ਜ਼ਰੂਰ ਲੈਣਾ ਚਾਹੀਦਾ. ਵਿਨੇ ਆ ਇਹ ਟੀਜ਼ਰ ਕਿਵੇਂ ਦਾ? ਇਫ ਯੂ ਹੈਵਨ ਸਬਸਕ੍ਰਾਈਬ ਦਿਸ ਚੈਨਲ, ਮੇਕ ਸ਼ੋਰ ਸਬਸਕ੍ਰਾਈਬ ਦਿਸ ਚੈਨਲ ਰਾਈਟ ਨਾਓ. ਅਤੇ ਲੈਟਸ ਗੈਟ ਇਟ. ਆਮ ਐਕਸਾਈਟਡ ਬ੍ਰੋ, ਇਟਸ ਗੋਨਾ ਬੀ ਅ ਟੌਪ ਨਾਚ ਸੌਂਗ. ਹਰਿਆਣੇ ਦੀ ਵੰਡ ਲਈ ਮੈਂ ਮੇਰੇ ਪਿਓ ਤੋਂ ਸਵਾਲ ਕੀਤਾ, ਉਦੋਂ ਤੁਸੀਂ ਕਿੱਥੇ ਸੀ, ਆਵਾਜ਼ ਨਹੀਂ ਚੱਕੀ, ਉਹਨਾਂ ਕੋਲ ਕੋਈ ਜਵਾਬ ਨਹੀਂ ਸੀ. ਅੱਜ 2020 ਚ ਪੰਜਾਬ, ਹਰਿਆਣਾ ਤੇ ਹੋਰ ਨਾਲ ਲੱਗਦੇ ਸੂਬਿਆਂ ਦੀ ਕਿਸਾਨੀ ਦਮ ਤੋੜ ਰਹੀ ਹੈ, ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਤੋਂ ਸਵਾਲ ਕਰਨਗੀਆਂ, ਜਦੋਂ ਪੰਜਾਬ ਦਮ ਤੋੜ ਰਿਹਾ ਸੀ ਉਦੋਂ ਤੁਸੀਂ ਕਿੱਥੇ ਸੀ? ਪਰ ਇਸ ਵਾਰ ਉਹਨਾਂ ਨੂੰ ਜਵਾਬ ਮਿਲੂਗਾ. ਵਾਹ, ਬਹੁਤ ਹੀ ਡੂੰਘੀ ਗੱਲ ਕੀਤੀ ਹੈ ਕਿ ਜਦੋਂ 47 ਦੀ ਵੰਡ ਹੋਈ ਅਤੇ ਉਦੋਂ ਦਾਦਾ ਜੀ ਨੂੰ ਪੁੱਛਿਆ ਵਾਲ ਸਾਹਿਬ ਨੇ ਕਿ ਉਦੋਂ ਤੁਸੀਂ ਕਿੱਥੇ ਸੋ. ਠੀਕ ਹੈ, ਜਦੋਂ ਪੰਜਾਬ ਹਰਿਆਣੇ ਦੀ ਹੋਈ ਉਦੋਂ ਫਿਰ ਪੁੱਛਿਆ ਕਿ ਤੁਸੀਂ ਕਿੱਥੇ ਸੋ. ਹੁਣ ਜਦੋਂ ਮੁੱਦਾ ਆਇਆ, ਜਿਹੜੀਆਂ ਆਉਣ ਵਾਲੀਆਂ ਨਸਲਾਂ ਹੋਣਗੀਆਂ ਉਹ ਪੁੱਛਣਗੀਆਂ ਕਿ ਤੁਸੀਂ ਕਿੱਥੇ ਸੋ. ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਹੈ ਮੇਰੇ ਯਾਰੋ ਅਤੇ ਮੇਰੇ ਭਰਾਵੋ, ਸਾਰਿਆਂ ਨੂੰ ਇਕੱਠੇ ਹੋਣਾ ਪੈਣਾ. ਇਹ ਮੁੱਦਾ ਇੱਕ ਬੰਦੇ ਦਾ ਨਹੀਂ, ਇਹ ਹਰ ਉਹ ਬੰਦੇ ਦਾ ਜਿਹੜਾ ਕਿਸਾਨ ਹੈ, ਹਰ ਉਹ ਬੰਦਾ ਹੈ ਜਿਹੜਾ ਸਮਝਦਾ ਕਿ ਖੁਰਾਕ ਜਿਹੜੀ ਹੈ ਉਹ ਕਿਸਾਨ ਪੈਦਾ ਕਰਦਾ, ਹਰ ਉਹ ਬੰਦਾ ਜਿਹੜਾ ਕੱਪੜਾ ਪਾਉਂਦਾ, ਹਰ ਉਹ ਬੰਦਾ ਜਿਹੜਾ ਰੋਟੀ ਖਾਂਦਾ, ਉਹਦੇ ਵਾਸਤੇ ਮਸਲਾ, ਕਿਉਂਕਿ ਇਹ ਮਸਲਾ ਹੈ ਰੋਟੀ ਦਾ, ਇਹ ਮਸਲਾ ਹੈ ਰੋਟੀ ਦਾ. ਕਿਸਾਨ ਵਾਹਦ ਉਹ ਬੰਦਾ ਹੈ ਜਿਹੜੇ ਪੂਰੇ ਮੁਲਕ ਦਾ ਢਿੱਡ ਭਰਦਾ, ਅਤੇ ਜਦੋਂ ਉਹਦੇ ਉੱਤੇ ਗੱਲ ਆਈਏ ਤਾਂ ਸਾਰੇ ਚੁੱਪ ਕਰਕੇ ਬੈਠੇ ਨੇ. ਕਿੱਥੇ ਗਏ ਨੇ ਉਹ ਬਾਲੀਵੁੱਡ ਵਾਲੇ? ਕਿੱਥੇ ਗਏ ਨੇ ਉਹ ਬਾਲੀਵੁੱਡ ਵਾਲੇ ਜਿਹੜੇ ਪੱਗਾਂ ਬੰਨ ਕੇ, ਹੈਂ, ਸਿੱਖੀ ਦੇ ਝੰਡੇ ਹੱਥ 'ਚ ਫੜ ਕੇ ਅਤੇ ਮੂਵੀਜ਼ ਬਣਾਉਂਦੇ ਸਨ? ਪੈਸਾ ਲੁੱਟ ਲਿਆ, ਪੈਸਾ ਬਣਾ ਲਿਆ, ਆਵਾਮ ਦੇ ਜਜ਼ਬਾਤ ਜਿਹੜੇ ਨੇ ਉਹਨਾਂ ਨਾਲ ਖੇਡ ਕੇ ਪੈਸਾ ਬਣਾ ਲਿਆ, ਗਾਣੇ ਬਣਾ ਲਏ. ਲੇਕਿਨ ਜਦੋਂ ਅੱਜ ਟਾਈਮ ਆਇਆ ਉੱਤੇ ਖਲੋਣ ਦਾ, ਕਿਸਾਨਾਂ ਦੇ ਨਾਲ ਮਿਲ ਜੁਲ ਕੇ ਗੱਲ ਅਗਾਂਹ ਵਧਾਉਣ ਦਾ, ਕਿੱਥੇ ਗਿਆ ਬਾਲੀਵੁੱਡ? ਮੈਂ ਹੈਰਾਨ ਹਾਂ, ਕਿੱਥੇ ਗਿਆ ਬਾਲੀਵੁੱਡ? ਉਹ ਇਹਨਾਂ 'ਤੇ ਮੋਦੀ ਸਰਕਾਰ ਨੇ ਤੇ ਆਪਣੇ ਲੋਕ ਨਹੀਂ ਛੱਡੇ ਯਾਰ. ਅੱਜ ਦੀ ਖਬਰ ਸੀ ਕਿ ਇੱਕ ਹਿਊਮਨ ਰਾਈਟਸ ਐਕਟੀਵਿਸਟ ਕੁੜੀ, ਉਹਨੇ ਉਹ ਜਿਹੜੀ ਸਵੀਡਨ ਵਾਲੀ ਕੁੜੀ ਹੈ ਉਹਦੀ ਪੋਸਟ ਸ਼ੇਅਰ ਕੀਤੀ ਹੈ ਅਤੇ ਉਹਨੂੰ ਅਰੈਸਟ ਕਰ ਲਿਆ. ਹਿਸਾਬ ਲਾ ਲਓ ਤੁਸੀਂ ਇਹ ਗੋਦੀ ਮੀਡੀਆ ਜਿਹੜਾ ਕੀ ਕਰਾ ਰਿਹਾ ਅਤੇ ਕੀ ਕਰ ਰਿਹਾ ਮੋਦੀ ਸਰਕਾਰ. ਸ਼ੇਮ ਓਨ ਯੂ, ਯੂ ਹੈਵ ਟੂ ਸਫਰ. ਯਾਦ ਰੱਖਿਓ, ਰੱਬ ਦੀ ਲਾਠੀ ਜਿਹੜੀ ਹੈ ਨਾ ਉਹ ਬੇਆਵਾਜ਼ ਹੁੰਦੀ ਹੈ. ਯਾਦ ਰੱਖੇ ਮੋਦੀ ਸਰਕਾਰ, ਰੱਬ ਦੀ ਲਾਠੀ ਬੇਆਵਾਜ਼ ਹੁੰਦੀ ਹੈ.
ਕਿਹਨੂੰ ਚੁੱਕ ਕੇ ਅਰਸ਼ਾਂ ਤੋਂ ਫਰਸ਼ਾਂ 'ਤੇ ਪਹੁੰਚਾ ਦੇ ਅਤੇ ਕਿਹਨੂੰ ਫਰਸ਼ਾਂ ਤੋਂ ਚੁੱਕ ਕੇ ਜ਼ਮੀਨ 'ਤੇ ਪਹੁੰਚਾ ਦੇਵੇ। ਇੱਕ ਦਿਨ ਇਹ ਹਿਸਾਬ ਦੇਣਾ ਪੈਣਾ ਮੋਦੀ ਸਰਕਾਰ ਨੂੰ। ਆਵਾਮ ਉੱਥੇ ਮਰਨ ਡਈ ਹੈ, ਇੰਨੀਆਂ ਸ਼ਹਾਦਤਾਂ ਹੋਈਆਂ, ਇੰਨੇ ਬੱਚੇ, ਔਰਤਾਂ, ਬਜ਼ੁਰਗ ਉੱਥੇ ਰੋਡ 'ਤੇ ਬੈਠੇ ਨੇ। ਇੰਨੀ ਠੰਡ ਹੈ, ਉਹ ਕਦੇ ਗੌਰ 'ਤੇ ਕਰੋ। ਦੁੱਖ ਹੁੰਦਾ ਵੇਖ ਕੇ ਕਿ ਆਪਣੇ ਲੋਕ ਨਹੀਂ ਤੂੰ ਛੱਡੇ। ਅਤੇ ਕਿਸਾਨ ਐਂਥਮ ਗਾਣਾ, ਮੈਂ ਬਹੁਤ 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 ਜ਼ਿਆਦਾ ਹੋਪਫੁੱਲ ਹਾਂ ਕਿ ਜਿਵੇਂ ਕਿਸਾਨ ਐਂਥਮ 1 ਆਇਆ ਸੀ, ਸਾਰੇ ਸਿੰਗਰਾਂ ਨੇ ਮਿਲ ਕੇ ਕੋਲੈਬੋਰੇਸ਼ਨ ਕਰਕੇ ਉਹ ਸੌਂਗ ਬਣਾਇਆ ਸੀ, ਐਵੇਂ ਹੀ ਇਹ ਸੌਂਗ ਵੀ ਨੰਬਰ 1 ਹੋਏਗਾ। ਅਤੇ ਰੱਬ ਕਰੇ ਕਿ ਕਿਸਾਨਾਂ ਨੂੰ ਉਹਨਾਂ ਦੇ ਹੱਕ ਮਿਲ ਜਾਣ, ਦੁਆ ਸਾਡੀ ਹੈ ਹੀ ਹੈ। ਇਹ ਗਾਣੇ ਜਿਹੜੇ ਆ ਰਹੇ ਨੇ ਜਾਂ ਜਿਹੜੀਆਂ ਫਿਲਮਾਂ ਆਉਣਗੀਆਂ ਆਉਣ ਵਾਲੇ ਵਕਤਾਂ 'ਚ, ਇਹ ਸਾਡਾ ਜਜ਼ਬਾ, ਸਾਡਾ ਜੋਸ਼ ਅਤੇ ਵਲਵਲਾ ਵਧਾਉਣ ਵਾਸਤੇ ਨੇ। ਅਸਲ ਮੁੱਦਾ ਉਹ ਹੀ ਹੈ, ਨੋ ਫਾਰਮਰਸ ਨੋ ਫੂਡ। ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ, ਇੱਜ਼ਤ ਕਰੋ ਅਤੇ ਇੱਜ਼ਤ ਕਰਾਓ। ਅਗਰ ਤੁਹਾਨੂੰ ਇਹ ਰਿਐਕਸ਼ਨ ਵੀਡੀਓ ਚੰਗੀ ਲੱਗੀ ਹੈ, ਕਮੈਂਟ ਕਰਕੇ ਜ਼ਰੂਰ ਦੱਸਿਓ, ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਰ ਤੁਹਾਡੇ ਕੋਲ ਕੋਈ ਹੋਰ ਸੁਜੈਸ਼ਨ ਹੈ ਅਗਲੇ ਰਿਐਕਸ਼ਨ ਦੀ, ਤਾਂ ਪਲੀਜ਼ ਜ਼ਰੂਰ ਦੱਸਿਓ। ਰੱਬ ਰਾਖਾ। I remember when them niggas used to doubt that. I was waiting on a love and get an ounce back. Greatest blessings, my mistakes, I learned to bounce back.